ਬਰਨਾਲਾ ਪੁਲਿਸ ਨੇ ਰਾਜਸਥਾਨ ਤੋਂ ਲਿਆਂਦੇ ਗਏ ਗੈਰ ਕਾਨੂੰਨੀ ਢੰਗ ਨਾਲ 20 ਕਿਲੋ ਚਾਂਦੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਜਦ ਇਹਨਾਂ ਦੋਨਾਂ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 20 ਕਿਲੋ ਚਾਂਦੀ ਬਰਾਮਦ ਹੋਈ ਹੈ, ਜਿਸ ਦਾ ਇਹਨਾਂ ਪਾਸ ਕੋਈ ਵੀ ਬਿੱਲ ਜਾਂ ਮਨਜ਼ੂਰੀ ਨਹੀਂ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਫੜੇ ਗਏ ਇਹਨਾਂ ਦੋਸ਼ੀਆਂ ਵੱਲੋਂ ਇਹ ਚਾਂਦੀ ਬਰਨਾਲਾ ਦੇ ਹੀ ਕਿਸੇ ਦੁਕਾਨਦਾਰ ਨੂੰ ਸਪਲਾਈ ਕੀਤੀ ਜਾਣੀ ਸੀ। जयपुर से पर्चे निकलते हैं, पंजाब को बेचते हैं। कितने टाइम से बेचते हैं? मैं काम शुरू किया 6 महीने से, 6-7 महीने, 1 साल लास्ट। कितने चक्कर लगा लेते पंजाब? पंजाब 2 चक्कर लगे, अभी तो 3रा चक्कर में पकड़ लिया। बिल कागज पत्र कभी नहीं लेके आते? कागज लेके आते हैं ना, बिल है हमारे पास, परचेजिंग का बिल है हमारे पास। पंजाब में आके बेचना दूसरी स्टेट में बिना दूसरी स्टेट का टैक्स तो हम पार्टी को माल देते हैं ना, तो वहाँ टैक्स कहाँ देते हैं? पार्टी का ਟੈਕਸ ਲੈਂਦੇ ਨਹੀਂ, ਹਮੇ ਪਤਾ ਦੂਸਰੇ ਅੱਧੇ ਟੈਕਸ ਕਦੋਂ ਮਿਲਤਾ ਹੀ ਨਹੀਂ। ਫੈਸਟੀਵਲ ਸੀਜ਼ਨ ਸ਼ੁਰੂ ਹੋਣ ਦੇ ਨਾਲ ਰਾਜਸਥਾਨ ਤੋਂ ਪੰਜਾਬ ਦੇ ਵਿੱਚ ਇਹ ਚਾਂਦੀ ਦੇ ਗਹਿਣਿਆਂ ਦੀ ਇੱਕ ਖੇਪ ਹੈ, ਅੱਜ ਪੱਖੋ ਕਲਾਂ ਦੇ ਵਿੱਚ ਨਾਕੇ ਦੌਰਾਨ ਫੜੀ ਗਈ ਹੈ। ਇਹ ਚਾਂਦੀ ਦੇ ਗਹਿਣੇ ਨੇ, ਇਹਨਾਂ ਦਾ ਕੋਈ ਵੇਟ 18 ਤੋਂ 20 ਕਿਲੋ ਦੇ ਵਿੱਚ ਹੈ। ਅਸੀਂ ਇਹਦੀ ਵੈਲਿਊਏਸ਼ਨ ਕਰਾਵਾਂਗੇ, ਵੇਟ ਕਰਾਵਾਂਗੇ, ਉਸ ਤੋਂ ਬਾਅਦ ਰਫਲੀ ਅਸੀਂ ਕਹਿ ਸਕਦੇ ਕਿ 15-20 ਕਿਲੋ ਵੇਟ ਹੈ ਇਹਦਾ। ਵੈਲਿਊ ਕਰਾ ਕੇ, ਅਸੈਸਮੈਂਟ ਕਰਾ ਕੇ, ਉਸ ਤੋਂ ਬਾਅਦ ਇਹਦੇ 'ਤੇ ਪੰਜਾਬ ਐਟ ਐਕਟ ਦੇ ਅਧੀਨ 50% ਜੁਰਮਾਨਾ ਅਤੇ 1% ਟੈਕਸ ਜਿਹੜਾ ਹੈਗਾ, ਇਹ ਰਾਜਸਥਾਨ ਦੇ ਜਿਹੜੇ ਦੋ ਵਪਾਰੀ ਇੱਥੇ ਆਏ ਨੇ ਉਹਨਾਂ ਦੇ ਕੋਲੋਂ ਵਸੂਲਿਆ ਜਾਵੇਗਾ। ਜੈਪੁਰ ਸੇ ਬਰਨਾਲਾ ਤੋਂ ਰਵਿੰਦਰ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।